ਕਨਵਾਨ ਚੌਕ ਮੁਜ਼ਫਰਗੜ ਇਹ ਹੈ ਸਾਡਾ ਪਿਆਰਾ ਜ਼ਿਲ੍ਹਾ ਸਾਡੇ ਸਰਹਕੀ ਵਸੇਬ ਦਾ ਗੜ੍ਹ ਮੁਜ਼ਫਰਗੜ ਇਹ ਜ਼ਿਲ੍ਹਾ ਮਾਸ਼ੱਲਾ ਇਤਨਾ ਤਰੱਕੀ ਕਰ ਗਏ ਜਿੱਧਰ ਇਤਨਾ ਖੂਬਸੂਰਤ ਸਾਫ਼ ਸੁਥਰਾ ਤੇ ਬਸ ਮੈਂ ਕੀ ਆਖਾਂ ਫੁੱਲ ਖੇੜਦੇ ਲੇਕਿਨ ਮੁਜ਼ਫਰਗੜ ਦਾ ਜਿਹੜਾ ਮਰਕਜ਼ ਹੈ ਜਿਹੜਾ ਮਸ਼ਹੂਰ ਹੈ ਜਿੱਥਾਂ ਦੁਕਾਨਾਂ ਹਨ ਉਹ ਹੈ ਕਨਵਾਨ ਚੌਕ ਕਨਵਾਨ ਚੌਕ ਇੰਨ ਵਜ੍ਹਾ ਕਨੇ ਵੀ ਮਸ਼ਹੂਰ ਹੈ ਕਿ ਇੱਥਾਂ ਫੁੱਲਿਆਂ ਦੀਆਂ ਦੁਕਾਨਾਂ ਇੱਥਾਈਆਂ ਵੈਸੇ ਚੰਦ ਦੁਕਾਨਾਂ ਉਹ ਜਿਹੜਾ ਚੰਦ ਦੁਕਾਨਾਂ ਉਹ ਵੀ ਕਨਵਾਨ ਚੌਕ ਤੇਨ ਤੋਂ ਸੰਭਾਲਾ ਘੇੜਨੇ ਹੈ ਫੁੱਲ ਘੇੜਨੇ दस्ता घिण को वेलकम करण के हाजी को भेरण तोसां फुल पुआण तोसां सिधा सठ मरहें मुज़रगढ़ किरमान चौक ਇਤਨਾਂ ਤੋਂ ਕੁਸਾਰਾ ਕਰਨ ਮਿਲ ਗਿਆ ਮਾਸ਼ਾਅੱਲਾ ਬਾਜ਼ਾਰ ਇਤਨਾ ਖੁੱਲ੍ਹਾ ਹੈ ਟਰੈਕਟਰ ਟਰਾਲੀਆਂ ਆਰਾਮ ਨਾਲ ਵਹਿਣਨ ਪਿਆ ਤੇ ਮੋਟਰਸਾਈਕਲ ਵਾਲੇ ਤੇ ਕਾਰ ਵਾਲੇ ਵਿਚਾਰੇ ਤੰਗ ਥੇ ਵਜੋਂਨ ਬਲਕੇ ਕਿਦੋਂ ਸਟੈਂਟ ਛੱਲੇ ਵਤੇ ਉਹਨਾਂ ਨੇ ਟੈਂਟ ਛੱਲੇ ਵਤੇ ਉਹਨਾਂ ਲੇਕਿਨ ਵਲਾਬੇ ਸਾਰਾ ਮੁਜ਼ਫਰਗੜ ਬਹੁਤ ਪਿਆਰਾ ਹੈ ਬਹੁਤ ਖੂਬਸੂਰਤ ਹੈ ਖੁੱਲ੍ਹਾ ਚੌਕ ਬਾਜ਼ਾਰ ਹਰ ਸ਼ੈ ਬੜੀ ਇਵੇਂ ਮਨ ਨੂੰ ਭਾਦੀ ਹੈ ਇਸ ਅਜਿਹਾ ਕਿਨਵਾਨ ਚੌਕੇ ਇਹ ਸ਼ਹਿਰ ਦਾ ਐਕਚੁਅਲੀ ਤਿਜਾਰਤੀ ਮਰਕਜ਼ ਹੈ ਹਿੰਦੇ ਕਨੇ ਚਾਰ ਬਾਜ਼ਾਰਾਂ ਦੇ ਲਿੰਕ ਨਿਕਲਦੇ ਨੇ ਕਿਦਹੀਂ ਕੰਪਿਊਟਰ ਲੈਣ ਦੇ ਕਹਨਾਂ ਤੇ ਕਿਦਹੀਂ ਕੱਪੜੇ ਲੈਣ ਦੇ ਕਾਨਨ ਤੇ ਕਿਤੇ ਸ਼ੋਰੂਮ ਐਂਡ ਬ੍ਰਾਂਚ ਐਂਡ ਸਾਰਾ ਕੁਝ ਅਸਾਂ ਇੱਥੋਂ ਬਸ ਕਿਨਵਾਨ ਚੌਕ ਤੋਂ ਥੋੜਾ ਜਾਓ ਕਰਕੇ ਅੱਗੋਂ ਨਿਕਤੇ ਐ ਅੱਗੋਂ ਤੋਂ ਸਾਡੇ ਦੇਤੇ ਇਤਨਾ ਖੁੱਲੇ ਰੋਡ ਇਤਨਾ ਖੁੱਲੇ ਰੋਡ ਕਿ ਰੋਡ ਦੇ ਉੱਤੇ ਮਾਸ਼ਾਅੱਲਾ ਕੁਰਸੀਆਂ ਤੇ ਤੁਸੀਂ ਰੋਡ ਦੇ ਉੱਤੇ ਬਹੋ ਚਾਹ ਪੀਵੋ ਖਾਓ ਪੀਵੋ ਰੋਡ ਇਤਨਾ ਖੁੱਲਾ ਹੈ ਕਿ ਦੂ ਟਰੈਕਟਰ ਟਰਾਲੀਆਂ ਆਰਾਮ ਨਾਲ ਵੇਸਨ ਪਿਆ ਹਾਂ ਅਲਬਤਾ ਹੈ ਤੁਸੀਂ ਕਾਰ ਤਮੀਜ਼ ਨਾਲ ਗੇਨ ਕਿਨੇਵੇਂ ਬੈਠ ਸਕਦੇ ਕਿਉਂਕਿ ਥੋੜੇ ਵੱਡੇ ਵੱਡੇ ਖੜੇ ਤੇ ਮਾਸ਼ਾਅੱਲਾ ਰੋਡ ਇਤਨਾ ਖੁੱਲਨ ਕਿ ਦੁਕਾਨੇ ਵਾਲੇ ਅਠ ਅਠ ਦਾਦਾ ਫੋਟ ਬਾਹਰ ਨਿਕਲ ਕੇ ਆ ਬੈਠਣ ਰੋਡ ਤ ਪਰੇਸ਼ਾਨੇ ਨਹੀਂ ਤੇ ਵੇ ਰੋਡ ਦੇ ਉੱਤੇ ਕੋ ਫ੍ਰਿਜ ਕਾਰ ਹਰਸ਼ੈ ਮਿਲਵਣੇ ਤੇ ਮੈਂ ਇਥੋਂ ਟੱਪਦਾ ਪਿਆ ਮੈਂ ਕਿ ਅੱਜ ਤਾਂ ਮੈਂ ਆਪਣੇ ਪਿਆਰੇ ਸ਼ਹਿਰ ਮੁਜ਼ਫਰਗੜ ਕੋ ਲਾਜ਼ਮੀ ਲਿਖੇ ਸਾਂ ਇਹ ਜੋ ਹੀ ਬਾਜ਼ਾਰ ਕਨ ਬਾਹਰੋਂ ਨਿਕਤੇ ਆਂ ਜੇ ਰਮਜ਼ਫਰਗਾੜਾ ਲਾਈਨ ਉਹ ਚੰਗੇ ਤਰੀਕੇ ਨਾਲ ਜਾਣਦੇ ਹੋ ਸਨ ਕਿ ਇਹ ਹੈ ਮੁਜ਼ਫਰਗੜ ਦਾ ਡਿਗਰੀ ਕਾਲਜ ਇਹ ਹੁਣ ਪਤਾ ਕਹ ਨਹੀਂ ਕਿ ਇੱਥਾਂ ਪ੍ਰੋਗਰਾਮ ਕਿਹੜੇ ਕਿਹੜੇ ਥਿੰਦੇ ਪੈ ਅਗਰ ਸੀਐਸ ਇੱਥਾਂ ਥਿੰਦਾ ਪਏ ਬੀਐਸਆਈਟੀ ਥਿੰਦੀ ਪਏ ਸੌਫਟਵੇਅਰ ਇੰਜੀਨੀਅਰਿੰਗ ਥਿੰਦੀ ਪਏ ਪਿੱਛੇ ਮੁਸਾਫਰ ਮੁਜ਼ਫਰਗੜਾ ਲਈ ਵਾਸਤੇ ਇਹ ਤੋਹਫਾ ਨਾ ਤੇ ਵੈਸੇ ਕੋਈ ਫਾਇਦਾ ਕਹ ਨਹੀਂ ਭਾਵੇਂ ਐਮ ਫਿਲੀ ਕਰਗੇ ਨੋ ਕੋਈ ਫਾਇਦਾ ਕਹ ਨਹੀਂ ਪੋਸਟ ਗ੍ਰੈਜੂਏਟ ਕਾਲਜ ਮੁਜ਼ਫਰਗੜ ਬਲਾਵੇ ਸਰਾਇਕੀ ਵਸੇ ਵਾਸਤੇ ਕਹੀ ਨੇਮਤ ਕਨੇ ਕਮ ਕਹਨੇ ਇਸਾਰੇ ਵਸ ਬਲੇਸਿੰਗ ਹੈ ਕਿ ਸਾਰੇ ਕਨੇ ਇੱਕ ਡਿਗਰੀ ਕਾਲਜ ਹੈ ਪਿਆ ਜੂਈ ਅਸਾਂ ਅਗਤੇ ਥਿਨੇ ਮਲਤਾਨ ਰੋਡ ਤੋਂ ਜਾਂ ਤਲਿਰੀ ਬਾਈਪਾਸ ਤੋਂ ਅੱਗੇ ਸੱਜੇ ਹੱਥ ਤੇ ਸਾਰੋ ਆਵੰਦੇ ਸੇ ਗਰਾਊਂਡ ਜਿੱਥਾ ਨੌਜਵਾਨ ਖੇਡਦੇ ਨੇ ਮੁਜ਼ਫਰਗੜ੍ਹ ਦੇ ਅਲੇ ਨੌਜਵਾਨਾਂ ਵਾਸਤੇ ਬਸ ਇਹ ਇਕਲੋਤਾ ਗਰਾਊਂਡ ਹੈ ਜਿਹੜਾ ਸਾਫ਼ ਸੁਥਰਾ ਬੱਚਾ ਪੇ ਜਿੱਤਾਂ ਗੇਮਾ ਸ਼ੇਮਾ ਥਿਨੇ ਤੇ ਹੈਲਥ ਦੀ ਵੀ ਹੈ ਤੇ ਮੈਂ ਖੁਦ ਜ਼ੂਮ ਕਰਕੇ ਦੇਖੇ ਨਾ ਪੇ ਮਾਸ਼ਾਅੱਲਾ ਬੜਾ ਸਾਰਾ ਗਰਾਊਂਡ ਹੈ ਤਰਾ ਤਰਾ ਦਾ ਗੇਮਾ ਥਿਨੇ ਲੇਕਿਨ ਅਫਸੋਸ ਹੈ ਕਿ ਦਰਮਿਆਨ ਅਜ ਕੋਈ ਗਰਾਸੀ ਕਸ਼ਾ ਘਾਸ਼ਾ ਕਸ਼ਾ ਕਹਿੰ ਖਾਲੀ

ਸਾਰੇ ਬਾਲ ਵਾਸਤੇ ਚਲੋ ਸਾਰੇ ਬਾਲ ਮੋਬਾਈਲ ਚਾਰ ਵਾਲੇ ਨਾ ਪੇਰਾ ਸਨ ਐਕਟਿਵ ਹੋਸਨ ਖੇਡਸਨ ਗੇਮ ਕਰੇ ਸਨ ਭਰਸਨ ਦਰੁਖਸਨ ਫੋਟੋਬਾਲ ਕ੍ਰਿਕਟ ਹਾਕੀ ਸ਼ਾਕੀ ਚਲੋ ਕਸ਼ਕ ਖੇਡਸਨ ਚਲੋ ਹਰਜਾ ਮਜ਼ਬੂਤ ਹੋਸਨ ਇਹ ਨਾ ਹੋਵੇ ਕਿ ਕਾਗਜ਼ੀ ਘੋੜੇ ਬੜੇ ਵਦ ਇਹ ਹੁਣ ਆ ਸਾਂ ਗਏ ਤਲੀਰੀ ਬਾਈਪਾਸ ਇਥੋਂ ਸਾਂ ਅੱਛੇ ਨਾਲ ਜਾਣ ਜੇ ਉਸ ਜਿਹੜੇ ਸਾਰੇ ਸਰੈਕੀ ਵਸੇਬ ਦੇ ਹਨ ਮੁਜ਼ਫਰਗੜਾ ਅਗਰ ਅੰਨ ਯਾਗਰ ਮੁਜ਼ਫਰਗੜਾ ਦਿੰਦੇ ਉਹਨਾਂ ਨੂੰ ਪਤਾ ਸੀ ਇਹ ਤਲੀਰੀ ਬਾਈਪਾਸ ਹੈ ਇਹ ਤਾਂ ਬੜੀ ਟ੍ਰੈਫਿਕ ਜਾਮ ਹੈ ਖੈਰ ਇਥਾਂ ਵਲਾਹੇ ਗਲਤੀ થઈ ਇਹ ਕਿ ਇਹ ਨੇ ਨਵਾਂ ਰੋਡ ਪੜਾ ਰਹੇ ਤੇ ਨਵੇਂ ਹੈ ਬਸ ਦੋ ਕਰਾ ਮਸੇ ਗੁਜ਼ਰਦਨ ਲੇਕਿਨ ਵਲਾ ਵੀ ਭਾਗ ਤੇ ਚੋਰ ਕੇ ਲੰਗੋਟੀ ਸਹੀ ਪਿਆਰਾ ਮਿੱਠਾ ਸੋਹਣਾ ਸ਼ਹਿਰ ਮੁਜ਼ਫਰਗੜ ਸਾਡਾ ਆਪਣਾ ਜ਼ਿਲ੍ਹਾ ਤੇ ਸ਼ਹਿਰ ਮੁਜ਼ਫਰਗੜ ਮੁਜ਼ਫਰਗੜ ਦੀ ਕਿਆ ਹੈ ਬਾਤ ਹੈ ਮੁਜ਼ਫਰਗੜ ਤੋਂ ਸਦਕੇ ਘੋਲੇ ਠਰੂ ਜੀਵੂ ਬਸ ਦੇਖ ਦੇਖ ਕੇ ਖੁਸ਼ ਬਿਠੇ ਥੀ ਮੂੰ ਵਸਤੇ ਰਵ